कोरोना काल के बाद एक बार फिर रंगारंग रोज फेस्टिवल का आगाज हो चुका है और इसके आगाज के साथ ही लोगों की काफी भीड़ भी यहां पर रोज फेस्टिवल को देखने जुट रही है। क्या कुछ खास है इस बार रोज फेस्टिवल में, आइए आपको दिखाते हैं। सिटी ब्यूटीफुल चंडीगढ़ विच रंगारंग रोज़ फेस्टिवल दा एक बार फिर तो आगाज हो चुकिया है। पिछले दो सालां विच कोरोना काल दी गल करिए तां रोज़ फेस्टिवल नहीं मनाया गया सी। हुण 25 फरवरी शुक्रवार नूं इस रोज़ फेस्टिवल दा चंडीगढ़ दे गवर्नर बनवारी लाल पुरोहित ने उद्घाटन किया। उन्हां दे नाल एडवाइजर धर्मपाल, DC प्रताप सिंह अते मेयर सरबजीत कौर दे नाल नाल कई आला अधिकारी भी मौजूद रहे। रोज़ फेस्टिवल विच रंगारंग प्रोग्राम दे नाल नाल ਤੁਹਾਨੂੰ ਇਸ ਵਾਰ ਕਾਫੀ ਕੁਝ ਖਾਸ ਦੇਖਣ ਨੂੰ ਮਿਲੇਗਾ। ਫੁੱਲਾਂ ਦੀ ਨਵੀਂ ਵੈਰਾਈਟੀ ਨਾਲ ਸਜਿਆ ਰੋਜ਼ ਗਾਰਡਨ ਇਸ ਵਾਰ ਬੜੇ ਹੀ ਵੱਖ ਢੰਗ ਨਾਲ ਸਜਾਇਆ ਗਿਆ ਹੈ। ਜੇਕਰ ਅਸੀਂ ਫੁੱਲਾਂ ਦੀ ਵੈਰਾਈਟੀ ਦੀ ਗੱਲ ਕਰੀਏ ਤਾਂ ਤੁਹਾਨੂੰ ਕਾਫੀ ਕਿਸਮਾਂ ਦੇ ਫੁੱਲ ਇੱਥੇ ਦੇਖਣ ਨੂੰ ਮਿਲਣਗੇ। ਨਗਰ ਨਿਗਮ ਨੇ ਕੋਲਕਾਤਾ ਵੱਲੋਂ ਖਾਸ ਤੌਰ ਉੱਤੇ ਫੁੱਲ ਮੰਗਵਾਏ ਨੇ। ਕੁੱਲ ਮਿਲਾ ਕੇ ਇਸ ਵਾਰ ਵੀ ਤੁਹਾਨੂੰ 800 ਤੋਂ ਜ਼ਿਆਦਾ ਕਿਸਮ ਦੇ ਫੁੱਲ ਰੋਜ਼ ਫੈਸਟੀਵਲ ਵਿੱਚ ਦੇਖਣ ਨੂੰ ਮਿਲਣਗੇ। ਇਸ ਦੇ ਨਾਲ ਨਾਲ ਵੱਖ ਵੱਖ ਤਰ੍ਹਾਂ ਦੇ ਕੰਪੀਟੀਸ਼ਨ ਵੀ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਹਨ, ਜਿਸ ਵਿੱਚ ਬੈਸਟ ਗਾਰਡਨ ਨੂੰ ਲੈ ਕੇ, ਬੈਸਟ ਫੁੱਲਾਂ ਦੀ ਕੈਟਾਗਰੀ ਨੂੰ ਲੈ ਕੇ ਉਹਨਾਂ ਲੋਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਚੰਗੇਰੇ ਤਰੀਕੇ ਵੱਲੋਂ ਉਹਨਾਂ ਨੂੰ ਸਜਾਇਆ ਸੀ। ਨਾਲ ਹੀ ਨਾਲ ਰੋਜ਼ ਫੈਸਟੀਵਲ ਦੀ ਗੱਲ ਕਰੀਏ ਤਾਂ ਇਸ ਵਾਰ ਕਾਫੀ ਕੁਝ ਨਵਾਂ ਅੰਦਾਜ਼ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ। ਰੋਜ਼ ਫੈਸਟੀਵਲ ਵਿੱਚ ਇਸ ਵਾਰ ਇੱਕ ਸੇਫਟੀ ਪੁਆਇੰਟ ਬਣਾਇਆ ਗਿਆ ਹੈ ਜਿਸ ਵਿੱਚ ਆਈ ਲਵ ਚੰਡੀਗੜ੍ਹ ਲਿਖਿਆ ਹੋਇਆ ਹੈ। ਰੋਜ਼ ਫੈਸਟੀਵਲ ਵਿੱਚ ਇਸ ਵਾਰ ਇੱਕ ਸੈਲਫੀ ਪੁਆਇੰਟ ਵੀ ਬਣਾਇਆ ਗਿਆ ਹੈ ਜਿਸ ਵਿੱਚ ਆਈ ਲਵ ਚੰਡੀਗੜ੍ਹ ਲਿਖਿਆ ਹੋਇਆ ਹੈ। ਲੋਕ ਇਸ ਸੈਲਫੀ ਪੁਆਇੰਟ ਉੱਤੇ ਆ ਕੇ ਸੈਲਫੀ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਨੇ। ਰੋਜ਼ ਫੈਸਟੀਵਲ ਵਿੱਚ ਇਸ ਵਾਰ ਵੈਕਸੀਨੇਸ਼ਨ ਸੈਂਟਰ ਵੀ ਬਣਾਇਆ ਗਿਆ ਹੈ ਜਿਸ ਵਿੱਚ ਜਿਨ੍ਹਾਂ ਲੋਕਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਹੈ ਉਹ ਲੋਕ ਵੀ ਵੈਕਸੀਨੇਸ਼ਨ ਕਰਵਾ ਸਕਣਗੇ। ਇਸ ਵਿੱਚ ਦੋ ਵੱਖ ਵੱਖ ਜ਼ੋਨ ਬਣਾਏ ਗਏ ਹਨ ਜਿਸ ਵਿੱਚ 15 ਤੋਂ 18 ਸਾਲ ਦੇ ਲੋਕ ਅਤੇ 18 ਸਾਲ ਤੋਂ ਉੱਪਰ ਦੇ ਲੋਕ ਵੀ ਵੈਕਸੀਨੇਸ਼ਨ ਕਰਵਾ ਸਕਣਗੇ। 3 ਦਿਨਾਂ ਤੱਕ ਚੱਲਣ ਵਾਲੇ ਇਸ ਰੋਜ਼ ਫੈਸਟੀਵਲ ਵਿੱਚ ਇਸ ਵਾਰ ਸਿੰਗਰ ਨਾਈਟ ਵੀ ਹੋਵੇਗੀ ਜਿਸ ਵਿੱਚ 26 ਫਰਵਰੀ ਨੂੰ ਪੰਜਾਬੀ ਸਿੰਗਰ ਲਖਵਿੰਦਰ ਵਡਾਲੀ ਅਤੇ 27 ਫਰਵਰੀ ਨੂੰ ਬਾਲੀਵੁੱਡ ਸਿੰਗਰ ਮਮਤਾ ਜੋਸ਼ੀ ਪਰਫਾਰਮ ਕਰਨਗੇ। इस रोज फेस्टिवल में काफ़ी धूप बची है और रोज फेस्टिवल में आपको अगर आप इसका लुत्फ उठाना चाहते हैं तो अपने परिवार के साथ आएं और 3 दिन तक चलने वाले इस रोज फेस्ट का आप आनंद ले सकते हैं। भगवत सिंह, पंजाब के श्री जगबानी TV, चंडीगढ़।